ਤਸਵੀਰਾਂ ਉਸ ਘਰ ਦੀਆਂ ਨੇ ਜਿੱਥੇ 2 ਦਿਨਾਂ ਬਾਅਦ ਕੁੜੀ ਦਾ ਵਿਆਹ ਰੱਖਿਆ ਹੋਇਆ, ਪਰ ਅੱਜ ਇੱਥੇ ਲੁੱਟ ਦੀ ਵਾਰਦਾਤ ਹੋਈ। ਦੱਸਦੀ ਹੈ ਕਿ ਮੂੰਹ ਢੱਕ ਕੇ 3 ਲੁਟੇਰੇ ਘਰ ਦੇ ਵਿੱਚ ਦਾਖਲ ਹੋਏ, ਜਿਨ੍ਹਾਂ ਨੇ ਵਿਆਹ ਵਾਲੀ ਕੁੜੀ ਨੂੰ ਬੇਹੋਸ਼ ਕੀਤਾ, ਫਿਰ ਘਰ ਦੇ ਵਿੱਚ ਲੁੱਟ ਕੀਤੀ। ਦੱਸਦੀ ਹੈ ਕਿ ਘਰ ਦੀ ਰਾਖੀ ਲਈ 3 ਪਿਟਬੁਲ ਕੁੱਤੇ ਰੱਖੇ ਸੀ, ਉਹਨਾਂ ਨੂੰ ਵੀ ਇਹਨਾਂ ਲੁਟੇਰਿਆਂ ਨੇ ਬੇਹੋਸ਼ ਕੀਤਾ, ਫਿਰ ਘਰ ਦੇ ਵਿੱਚੋਂ 10 ਤੋਲੇ ਸੋਨਾ ਅਤੇ 1.5 ਲੱਖ ਦੇ ਕਰੀਬ ਨਕਦੀ ਲੈ ਕੇ ਫਰਾਰ ਹੋ ਗਏ। ਔਰ ਜਦੋਂ ਇਹ ਵਾਰਦਾਤ ਹੋਈ, ਉਸ ਵੇਲੇ ਵਿਆਹ ਵਾਲੀ ਕੁੜੀ ਦੇ ਮਾਪੇ ਕਿਸੇ ਹੋਰ ਵਿਆਹ ਦੇ ਵਿੱਚ ਸ਼ਗਨ ਦੇਣ ਗਏ ਹੋਏ ਸੀ। ਬਾਅਦ ਵਿੱਚ ਇਹਨਾਂ ਲੁਟੇਰਿਆਂ ਨੇ ਘਰ ਸਾਫ ਕੀਤਾ। ਮਾਮਲਾ ਸਮਰਾਲਾ ਦੇ ਕੋਲ ਪੈਂਦੇ ਪਿੰਡ ਹਰੀਓ ਕਲਾ ਤੋਂ ਸਾਹਮਣੇ ਆਇਆ। ਇਸ ਘਰ ਦੇ ਵਿੱਚ 2 ਦਿਨਾਂ ਬਾਅਦ ਕੁੜੀ ਦਾ ਵਿਆਹ ਰੱਖਿਆ ਹੋਇਆ, ਪਰ ਅੱਜ 3 ਲੁਟੇਰਿਆਂ ਨੇ ਘਰ ਦੇ ਵਿੱਚ ਪਏ ਗਹਿਣੇ ਅਤੇ ਪੈਸੇ ਚੋਰੀ ਕੀਤੇ। ਦੱਸਦੀ ਹੈ ਕਿ ਪੀੜਤਾ ਨੇ ਜਦੋਂ ਘਰ ਆ ਕੇ ਦੇਖਿਆ ਤਾਂ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸੀ, ਕੁੜੀ ਇੱਕ ਕੁਰਸੀ ਤੇ ਬੈਠੀ ਹੋਈ ਸੀ ਬੇਹੋਸ਼ੀ ਦੀ ਹਾਲਤ ਵਿੱਚ। ਘਰ ਦੇ ਵਿੱਚ ਰੱਖੇ ਕੁੱਤੇ ਵੀ ਬੇਹੋਸ਼ ਪਏ ਸੀ। ਤਾਂ ਦੇਖਿਆ ਅੰਦਰ ਜਾ ਕੇ ਤਾਂ ਸਾਰਾ ਸਮਾਨ ਖਿਲਰਿਆ ਪਿਆ ਸੀ। ਔਰ ਜਦੋਂ ਲੜਕੀ ਹੋਸ਼ ਵਿੱਚ ਆਈ ਤਾਂ ਉਸਨੇ ਦੱਸਿਆ ਕਿ 3 ਲੜਕੇ ਕਿਸੇ ਬਹਾਨੇ ਘਰ ਦੇ ਵਿੱਚ ਦਾਖਲ ਹੋਏ, ਜਿਨ੍ਹਾਂ ਨੇ ਇਹ ਸਾਰੀ ਲੁੱਟ ਨੂੰ ਅੰਜਾਮ ਦਿੱਤਾ। ਅਸੀਂ ਜੀ ਕੱਲ ਮਾਸੀ ਦੇ ਮੁੰਡੇ ਦੀ ਮੈਰਿਜ ਸੀਗੀ, ਸ਼ਗਨ ਪਾਉਣ ਗਏ ਸੀ ਸਿਰਫ 1.5 ਘੰਟੇ ਲਈ। ਬੜੀ ਬੇਟੀ ਦਾ ਜਿਹਦੀ ਮੈਰਿਜ ਸੀ ਉਹਨੂੰ ਘਰ ਛੱਡ ਕੇ ਗਏ ਹਾਂ, ਕਹਿ ਕੇ ਗਏ ਹਾਂ ਵੀ ਉੱਪਰੇ ਬੰਦੇ ਨੂੰ ਕੋਈ ਗੱਲਬਾਤ ਨਹੀਂ ਕਰਨੀ। ਅਸੀਂ 11 ਵਜੇ ਗਏ ਹਾਂ, ਉਦੋਂ 11:15 ਵਜੇ 1:30 ਵਜੇ ਨੂੰ ਵਾਪਸ, ਜਦ 1 ਵਜੇ ਨੂੰ ਤੁਰੇ ਹਾਂ, ਫੋਨ ਕਰਦੇ ਰਹੇ, ਫੋਨ ਨਾ ਚੱਕਿਆ, ਜੇ ਵਾਪਸ ਘਰ ਆਏ ਤਾਂ ਗੇਟ ਖੁੱਲ੍ਹਾ ਸੀ ਅਤੇ ਕੁੜੀ ਇੱਧਰ ਓਟੀਏ 'ਚ ਡਿੱਗੀ ਪਈ ਸੀ, ਉਹਨੂੰ ਠਾਲਿਆ ਅਤੇ ਡਾਇਫ ਅੰਦਰ ਗਈ ਤਾਂ ਜਦ ਦੇਖਿਆ ਖਿਲ ਰਿਹਾ, ਸਭ ਕੁਛ ਇਹ ਤੋਂ ਜੱਟ ਪਿਆ ਸੀ। ਲੜਕੀ ਨੇ ਤਾਂ ਇਹੀ ਦੱਸਿਆ, ਕਹਿੰਦੀ ਵੀ 3 ਲੜਕੇ ਆਏ ਨੇ, ਇੱਥੋਂ ਹੀ ਉਹਨੇ ਖੜ ਕੇ ਗੱਲਬਾਤ ਕਰੀ ਵੀ ਕੀ ਚਾਹੀਦਾ। ਉਹ ਕਹਿੰਦੇ ਵੀ ਅਸੀਂ ਪਾਈਪ ਲਾਈਨ ਵਾਲੇ ਹਾਂ, ਵੀ ਅਸੀਂ ਕਨੈਕਸ਼ਨ ਦੇਣਾ ਹੈ। ਉਹ ਕਹਿੰਦੇ ਵੀ ਡੈਡੀ ਹੈ ਨਹੀਂ ਘਰੇ, ਵੀ ਅਸੀਂ ਕੁਛ ਨਹੀਂ ਕਰਾਉਣਾ। ਅਤੇ ਉਹ ਇੰਨੇ ਨੂੰ ਜਦੋਂ ਉਹਨੇ ਮੂੰਹ ਘੁਮਾਇਆ, ਉਹਨਾਂ ਨੇ ਛਾਲ ਅੰਦਰ ਮਾਰੀ, ਅੰਦਰ ਮਾਰਦੀ ਸਾਰੇ, ਪਤਾ ਨਹੀਂ ਕੀ ਪਾਇਆ ਮੂੰਹ ਤੇ ਕੀ ਨਹੀਂ। ਕੁੜੀ ਬੇਹੋਸ਼ ਹੋ ਗਈ, ਕੁੱਤਾ ਸਾਡੇ ਪਿੱਟ ਬੁੱਲਾ, ਇਹਨੂੰ ਕੋਈ ਬ੍ਰੈਡ ਬੁੱਡ ਪਾਏ, ਕੁੱਤਾ ਵੀ ਕੱਲ ਦੇ ਬੋਲੇ ਨਹੀਂ ਸੀਗੇ। ਤੁਸੀਂ ਘਰੋਂ 9 ਵਜੇ ਗਏ ਤੇ 9 ਵਜੇ ਵਾਪਸ ਆਏ? ਅਸੀਂ 11:10 ਤੇ ਗਏ ਆ, ਅਸੀਂ 1:30 ਵਜੇ ਉਰੇ ਆ ਗਏ। ਕੋਈ ਨੀ ਆਪਦਾ ਸ਼ਮਸ਼ਾਨ ਸੀ, ਇੱਧਰ ਆਲੂ ਕੱਟ ਰਿਹਾ ਸੀ ਮੁੰਡਾ, ਇੱਧਰ ਲੇਜ਼ਰ ਕਿਹੜਾ ਚੱਲ ਰਿਹਾ ਸੀ, ਕੋਈ ਐਡਾ ਹੈ ਨੀ। ਅੱਗੇ ਵੀ ਜਾਂਦੇ ਆ, ਬਹੁਤ ਵਾਰ ਜਾਂਦੇ ਆ, ਰੋਜ਼ ਜਾਂਦੇ ਆ, ਕਦੇ ਕਿੰਨੇ ਕਦੇ ਕਿੰਨੇ। ਪਹਿਲਾਂ ਜਦ ਪਾਈਪ ਲਾਈਨ ਪਾਈ ਆ, ਜਦ ਆਉਂਦੇ ਆਉਂਦੇ ਰਹੇ ਨੇ ਉਹ ਟੋਪੀਆਂ ਟਾਪੀਆਂ ਵਾਲੇ, ਉਹਨਾਂ ਦੀ ਪਛਾਣ ਆ। ਇਹ ਅਣਪਛਾਤੇ ਬੰਦੇ ਸੀ। ਕਿੰਨੇ ਜਾਣੇ ਸੀਗੇ? ਇਹ 3 ਜਾਣੇ ਸੀਗੇ, ਮੌਨੇ ਸੀਗੇ 3 ਜਾਣੇ। ਇੱਕ ਬੰਦੇ ਨੇ ਗੱਲ ਨੀ ਬੇਟੀ ਨਾਲ ਕਰੀ, ਉਹਨੇ ਸਾਰਾ ਮੂੰਹ ਆਪਣਾ ਗਲਵਜਾਂ ਨਾਲ ਢੱਕਿਆ ਹੋਇਆ ਸੀ। 2 ਮੁੰਡਿਆਂ ਨੇ ਗੱਲ ਕਰੀ, ਕੀਮਤ ਸੀ 10 ਕੁ ਤੋਲੇ ਸੋਨਾ ਦੀ, 8-9-10 ਤੋਲੇ, ਕੈਸ਼ ਸੀ 1.5 ਲੱਖ ਰੁਪਏ। 10 ਤੋਲੇ ਸੋਨਾ ਸੀ, ਲੜਕੇ ਵਿਆਹ ਵਾਸਤੇ ਬਣਾ ਕੇ ਰੱਖਿਆ। ਆਇਆ ਜੀ ਜਿਵੇਂ ਮਗਰੋਂ ਪਾਇਆ ਹੋਇਆ ਤੀ, ਸਾਨੂੰ ਪਾਇਆ ਤੀ, ਕੁਛ ਬਣਾਇਆ, ਹੌਲੀ ਹੌਲੀ ਬਣਾ ਕੇ ਟੁੰਬਾ ਬਣਾ ਕੇ ਲੜਕੀ ਨੂੰ ਪਾਉਣੀਆਂ ਸੀ। ਪੁਲਿਸ ਪ੍ਰਸ਼ਾਸਨ ਨੇ ਗਏ ਹਾਂ ਜੀ ਸਮਰਾਲੇ, ਅਸੀਂ ਸਮਰਾਲੇ ਜਾ ਕੇ ਉਹ ਸਾਡੇ ਨਾਲ ਆਏ ਨੇ ਸਾਰੇ, ਆ ਕੇ ਸਾਰੇ ਰਾਤ ਦੇ 9 ਵਜੇ ਤੱਕ ਉਹਨਾਂ ਨੇ ਪੂਰੀ ਜਾਂਚ ਪਾਠ ਕਰੀ ਆ। ਜਿਵੇਂ ਤੁਹਾਡਾ ਘਰ ਖੇਤਾਂ ਦੇ ਵਿੱਚ ਆ, ਕੀ ਲੱਗਦਾ ਕਿਸੇ ਗੱਡੀ 'ਚ ਆਏ ਜੀ, ਸਕੂਟਰ ਮੋਟਰ ਕੁਛ ਪਤਾ ਲੱਗਿਆ? ਇਹ ਜੀ ਰਸਤੇ ਨੂੰ ਨੀ ਕੋਈ ਆਇਆ, ਇਹ ਕੋਈ ਮੋਟਰਾਂ ਮਾਟਰਾਂ ਦੇ ਸਾਈਡਾਂ ਤੇ ਮੋਟਰਸਾਈਕਲ ਖੜਾ ਕੇ ਬਾਈਕ ਉੱਕਣ ਖੇਤਾਂ 'ਚ ਆਏ ਨੇ। ਪੰਜਾਬੀ ਬੋਲਦੇ ਸੀ ਮੁੰਡਿਆਂ ਦੇ, ਦਾੜੀ ਦੂੜੀ ਜੀ ਵੀ ਬਰਾਊਨ ਰੰਗ ਕਰੇ ਹੋਏ, ਇੱਕਣ ਤੇ 2 ਮੁੰਡੇ, ਇੱਕ ਮੁੰਡੇ ਦਾ ਚਿਹਰਾ ਨੀ ਦੇਖਣ 'ਚ ਆਇਆ। ਕੈਮਰੇ ਨੀ ਲੱਗੇ ਹੋਏ, ਇੱਧਰ ਕੋਠੀਆਂ 'ਚ ਲੱਗੇ ਹੋਏ ਨੇ, ਇਹ ਰਾਹ ਨੂੰ ਕੋਈ ਆਇਆ ਨੀ। ਜਦ ਦੇਖਿਆ ਵੀ ਇੱਧਰ ਨੂੰ
ਅਣਪਛਾਤਾ ਕੋਈ ਬੰਦਾ ਲੰਘਿਆ ਹੀ ਨਹੀਂ। ਜਿਵੇਂ ਵਿਆਹ ਰੱਖਿਆ ਹੁਣ ਕੀ ਕਰੋ, ਕੀ ਕਹਿਣਾ ਚਾਹੁੰਦੇ ਪ੍ਰਸ਼ਾਸਨ? ਕਹਿਣਾ ਕੀ ਹੈ ਜੀ, ਸਾਡੀ ਗਰੀਬ ਬੰਦੇ ਆ, ਮਜ਼ਬੂਰੀ ਦੇਖ ਕੇ ਕੋਈ ਹੱਲ ਨਿਕਲ ਜਾਵੇ, ਦੋਸ਼ੀ ਫੜੇ ਜਾਣ, ਸਾਰਾ ਕੁਛ ਜੀ ਝੂਣ ਭੂਣ ਟੁੱਟ ਕੇ ਲੈ ਗਏ, ਬਹੁਤ ਔਖਾ ਜੀ। ਸਿਰ 'ਤੇ ਵਿਆਹ ਵੀ ਆ? ਸਿਰ 'ਤੇ ਵਿਆਹ ਜੀ, ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਨੇ, ਹੁਣ ਤਾਂ ਉਹ ਛੱਡ ਵੀ ਨਹੀਂ ਸਕਦੇ, ਹੁਣ ਤਾਂ ਸਾਰਾ ਕੁਛ ਪਰਸਨ ਨੂੰ ਤਿਆਰੀ। ਮੇਰੇ ਕੋਲ ਦੋ ਬੇਟੀਆਂ ਨੇ ਜੀ, ਇਹ ਬੜੀ ਬੇਟੀ ਹੈ ਜੀ, ਪਹਿਲਾਂ ਵਿਆਹ ਸੀਗਾ ਜੀ। ਮੈਨੂੰ ਤਾਂ ਜਦੋਂ ਇਹ ਵਾਪਸ ਆਏ ਨੇ 1:30 ਵਜੇ ਜੀ, ਮੈਨੂੰ ਵੀ ਉੱਧਰ, ਮੈਂ ਆਪਣੇ ਰੂਮ 'ਚ ਪਿਆ ਸੀ ਦੂਏ ਘਰ, ਮੈਨੂੰ ਵੀ ਨਹੀਂ ਕੋਈ ਆਵਾਜ਼ ਆਈ ਨਾ ਕੋਈ ਉਹ, ਜਦੋਂ ਇਹ ਆਏ ਨੇ ਜਾਂ ਰੌਲਾ ਪਿਆ, ਫਿਰ ਮੈਨੂੰ ਆਵਾਜ਼ ਆਈ, ਫਿਰ ਮੈਂ ਉੱਠ ਕੇ ਆਇਆ ਜੀ। ਘਰ 'ਚ ਪਹਿਲਾਂ ਵਿਆਹ ਸੀ? ਪਹਿਲਾਂ ਵਿਆਹ ਸੀ ਜੀ, ਚਾਵਾਂ ਨਾ ਕਰਨਾ ਸੀ ਜੀ। ਤੁਸੀਂ ਮਾਮਾ ਜੀ ਹੋ ਬੇਟੀ ਦੇ? ਸਾਡੀ ਵੱਧ ਤੋਂ ਵੱਧ ਹੈਲਪ ਕੀਤੀ ਜਾ, ਮੁਲਜ਼ਮ ਖੜੇ ਜਾਣ, ਉਹਨਾਂ ਦੇ ਬਣਦੀ ਕਾਰਵਾਈ ਕਰੀ ਜਾ। ਵਿਆਹ ਦੇ ਵੀ ਗਹਿਣੇ ਸੀ ਸਾਰੇ ਇਕੱਠਾ ਪਿਆ ਸੀ, 1.5 ਲੱਖ ਰੁਪਈਆ ਸੀ, ਉਹ ਸਭ ਕੱਢ ਕੇ ਲੈ ਗਏ ਜੀ, ਪੇਟੀਆਂ ਤਾਲੇ ਨਮਾਰੀ ਤੋੜ ਕੇ ਜੀ, ਸਭ ਕੁਛ। ਕਾਰਜ ਤਾਂ ਹੁਣ ਕਰਨਾ ਹੀ ਪਊਗਾ ਜੀ, ਕੋਈ ਕਿਸੇ ਤੋਂ ਫੜਾਂਗੇ ਜੀ, ਸਾਡੀ ਮਦਦ ਕਰੇ ਪ੍ਰਸ਼ਾਸਨ ਜੀ, ਇਹੋ ਜਿਹੇ ਚੋਰਾਂ ਨੱਥ ਪਾਈ ਜਾਵੇ ਜੀ, ਦਿਨ ਦਿਹਾੜੇ। ਹਾਂਜੀ, ਅਸੀਂ ਉਹਦੇ ਸੰਬੰਧ ਜੋ ਹੈਗਾ ਨਾ ਪਰਚਾ ਦਰਜ ਕਰ ਦਿੱਤਾ। ਇਹ ਅਸਲ 'ਚ 11:00 ਵਜੇ ਦੇ ਕਰੀਬ ਚੋਰੀ ਹੋਈ ਹੈ, ਉਹ ਜਿਹੜਾ ਮਾਲਕ ਸੰਦੀਪ ਅਤੇ ਉਹਦੀ ਮਿਸਿਜ ਨਾ ਆਪਣੇ ਰਿਸ਼ਤੇਦਾਰੀ 'ਚ ਸ਼ਗਨ ਦੇਣ ਗਏ ਸੀਗੇ, ਲੜਕੀ ਘਰੇ ਸੀ, 3 ਬੰਦੇ ਆਏ, ਉਹਨਾਂ ਨੇ ਆਵਾਜ਼ ਮਾਰ ਕੇ ਉਹਨਾਂ ਨੂੰ ਪੁੱਛਿਆ ਵੀ ਅਸੀਂ ਗੈਸ ਦਾ ਕਨੈਕਸ਼ਨ ਦੇਣ ਵਾਲੇ ਹਾਂ। ਜਦੋਂ ਉਹਨਾਂ ਨੇ ਲੜਕੀ ਨੇ ਗੇਟ ਨਾ ਖੋਲਿਆ ਤਾਂ ਉਹ ਕੰਧ ਟੱਪ ਕੇ ਅੰਦਰ ਜਾ ਵੜੇ ਅਤੇ ਲੜਕੀ ਇੱਕ ਸਾਈਡ 'ਤੇ ਬਹਿ ਗਈ ਜਾ ਕੇ, ਅਤੇ ਉਹ ਚੋਰੀ ਕਰਕੇ ਲੈ ਗਏ। ਹਾਂਜੀ, ਉਹਨਾਂ ਦੇ ਰੱਖੇ ਹੋਏ ਨੇ ਕੁੱਤੇ, ਉਹ ਕਹਿੰਦੇ ਜੀ ਬ੍ਰੈਡ ਪਏ ਸੀ, ਜਦੋਂ ਉਹਨਾਂ ਦੇ ਮਾਲਕ ਨੇ ਆ ਕੇ ਸੰਦੀਪ ਨੇ ਦੇਖਿਆ ਤਾਂ ਬ੍ਰੈਡ ਪਏ ਸੀਗੇ, ਉਹ ਸ਼ੱਕ ਆ ਵੀ ਉਹਨਾਂ ਨੇ ਕੁੱਤਿਆਂ ਨੂੰ ਕੋਈ ਬ੍ਰੈਡ ਵਗੈਰਾ ਪਾਏ ਨੇ, ਇਸ ਕਰਕੇ ਕੁੱਤੇ ਬੋਲੇ। ਤਕਰੀਬਨ ਉਹਨਾਂ ਦੇ ਕੈਸ਼ ਲੈ ਕੇ ਗਏ ਨੇ, ਕੁਛ ਜਿਹੜਾ ਲੜਕੀ ਦਾ ਸਮਾਨ ਤਿਆਰ ਕੀਤਾ ਹੋਇਆ ਸੀ ਸੋਨਾ ਵਗੈਰਾ ਉਹ ਲੈ ਗਏ ਨੇ, ਉਹ ਅਜੇ ਦੱਸ ਰਹੇ ਨੇ, ਉਹਤੋਂ ਬਾਅਦ ਅਸੀਂ ਜੋ ਅਗਲੀ ਕਾਰਵਾਈ ਹੋਊਗੀ ਕਰਨੀ। ਨਹੀਂ, ਉਹ ਖੇਤਾਂ 'ਚ ਘਰ ਨੇ ਉਹਨਾਂ ਦੇ, ਘੱਟੋ ਘੱਟ ਪਿੰਡ ਤੋਂ 2 ਕਿਲੋਮੀਟਰ ਦੇ ਕਰੀਬ ਨੇ, ਜਿਸ ਕਰਕੇ ਉੱਥੇ ਆਲੇ ਦੁਆਲੇ ਕੋਈ ਵੀ CCTV ਕੈਮਰਾ ਨਹੀਂ ਲੱਗਿਆ ਹੋਇਆ। ਨਹੀਂ, ਅਜੇ ਕੋਈ ਨਹੀਂ ਹੋਈ ਗ੍ਰਿਫਤਾਰੀ, ਨਾ ਹੀ ਰਾਉਂਡਅਪ ਹੋਇਆ, ਲੇਕਿਨ ਇਹ ਹੈ ਵੀ ਪੁਲਿਸ ਕਰ ਰਹੀ ਹੈ ਕਾਰਵਾਈ, ਤਫਤੀਸ਼ ਜਾਰੀ ਹੈ, ਜਲਦੀ ਫਲਾਵਾਂ। ਖੇਤਾਂ ਦੇ ਵਿੱਚ ਜੀ ਉਹ ਲੰਘ ਕੇ ਆਏ ਨੇ ਉਹ, ਕਿਉਂਕਿ ਲੜਕੀ ਦੇ ਦੱਸਣ ਮੁਤਾਬਕ ਉਹਨਾਂ ਦੀਆਂ ਜਿਹੜੇ ਲੋਹਰਾਂ ਪਾਈਆਂ ਸੀ ਗਿੱਲੀਆਂ ਸੀ। ਨਹੀਂ, ਘਬਰਾਈ ਹੋਈ ਸੀ, ਕਾਫੀ ਘਬਰਾਈ ਹੋਈ ਸੀ, ਲੜਕੀ ਛੋਟੀ ਹੈ ਨਾ, 18 ਨਹੀਂ, ਕੁੜੀ ਨੂੰ ਕੁਛ ਨਹੀਂ ਖਵਾਇਆ, ਕੁਛ ਨਹੀਂ ਉਹਨਾਂ ਨੇ, ਲੇਕਿਨ ਉਹ ਘਬਰਾਹਟ ਇੰਨੀ ਹੋ ਗਈ, ਡਰ ਗਈ ਬੱਚੀ ਸੀਗੀ ਤਾਂ। ਹਾਂ, ਕੁੜੀ ਇਕੱਲੀ ਸੀਗੀ, ਉਹ ਜਸਟ 5 ਕੁ ਮਿੰਟ ਪਹਿਲਾਂ ਹੀ ਉਹਨਾਂ ਦੀ ਦਾਦੀ ਤੇ ਭੂਆ ਮਤਲਬ ਜਿਹੜੇ ਉਹ ਘਰੋਂ ਗਏ ਨੇ, 5 ਕੁ ਮਿੰਟ ਬਾਅਦ ਇਹ ਵਾਰਦਾਤ ਹੋ ਗਈ ਇੱਥੇ।